ਮਾਈ ਡੀਅਰ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ, ਕਹਿ ਸਤਿ ਸ਼੍ਰੀ ਅਕਾਲ, ਬੋਲ ਵੀ ਦਿਆ ਕਰ, ਬੋਲ ਵੀ ਦਿਆ ਕਰ। ਅੱਛਾ ਇੱਕ ਗੱਲ ਦੱਸੋ, ਹੱਸਦਾ ਪਿਆ ਅੱਜ ਤਾਂ ਮੈਂ, ਇੱਕ ਗੱਲ ਦੱਸੋ, ਅੱਜ ਤੁਹਾਨੂੰ ਨਾਨੀ ਟੋਸਟ ਪਾਏ ਜਿਹੜੇ ਨਾਨੀ ਖਾਂਦੇ ਹੁੰਦੇ ਸੀ, ਬਹੁਤ ਛੋਤੇ ਹੁੰਦੇ, ਬਣਾਵਾਂ ਟੋਸਟ ਕਰ, ਬੋਲ ਲੈ ਗਈ ਤੂੰ, ਇੱਕ ਨਹੀਂ ਕਹਿ ਕੇ ਨਾ ਤੂੰ ਤਾਂ ਬਿਲਕੁਲ ਹੀ ਵਿਗਾੜ ਦਿਆ ਕਰ। ਹਾਂ ਮੈਨੂੰ ਦੱਸ, ਤੁਸੀਂ ਖਾਓਗੇ ਟੋਸਟ? ਨਹੀਂ, ਕੀ ਖਾਓਗੇ, ਕੀ ਖਾਓਗੇ, ਫੁੱਟੂ ਖਾਓਗੇ? ਚਲੋ ਠੀਕ ਹੈ, ਅਸੀਂ ਖਾਵਾਂਗੇ, ਇਹ ਖਾਏਗੀ ਫਰੂਟ, ਅਸੀਂ ਖਾਵਾਂਗੇ। 19 ਸੈਕਟਰ ਵਾਲੇ ਟੋਸਟ ਬਣਾ, 19 ਸੈਕਟਰ ਨਹੀਂ, ਯਮੁਨਾ ਨਗਰ ਵਾਲੇ, ਯਮੁਨਾ ਨਗਰ ਸਾਨੂੰ ਤਾਂ 19 ਸੈਕਟਰ ਹੀ ਪਤਾ ਬਾਈ। ਯਾ ਮੈਂਗੋ ਖਾਉਂਗੀ। ਓਕੇ, ਤੇ ਮੈਂਗੋ ਸ਼ਕਤੀ ਨਾ ਇਹਦੇ ਵਾਸਤੇ ਨਾ, ਜਿਹਨੂੰ ਮੈਂ ਸਭ ਤੋਂ ਐਕਚੁਅਲੀ, ਮੈਂ ਆਈ ਵਾਂਟ ਹੈਲਦੀ, ਮੈਂ ਕਮਜ਼ੋਰ ਹੋ ਗਈ ਹਾਂ, ਆਈ ਐਮ ਕਿਡਿੰਗ ਓਨਲੀ, ਕੋਈ ਕਮਜ਼ੋਰ ਨਹੀਂ ਹੋਈ। ਤੇ ਮੈਂ ਨਾ ਪਨੀਰ ਕੱਢ ਲਿਆ ਘਰ ਦਾ, ਠੀਕ ਹੈ, ਥੋੜ੍ਹਾ ਜਿਹਾ ਇਹ ਪਾ ਲੈਂਦੇ ਹਾਂ, ਔਰ ਇਹ ਕੱਲ ਆਲੂ ਜਿਹੜੇ ਆਪਾਂ ਕੀਤੇ ਸੀ ਨਾ ਉਹ ਬਚ ਗਏ, ਫਿਰ ਬੱਚੀਆਂ ਚੀਜ਼ਾਂ ਨਾਲ, ਤੇ ਤੁਹਾਨੂੰ ਪਤਾ ਨਾ ਮੇਰੇ ਕੋਲ ਬੜੀ ਵਧੀਆ ਬਣਦੀ ਇਹ ਚੀਜ਼, ਐਕਚੁਅਲੀ ਬਣਦੀ ਬੱਚੀਆਂ ਨਾਲ ਹੈ, ਇੱਦਾਂ ਮੇਰੇ ਕੋਲ ਆਉਂਦੀ ਨਹੀਂ ਬਣਾਉਣੀ। ਇਹਦੇ ਵਿੱਚ ਜੀ ਆਹ ਥੋੜ੍ਹੇ ਜਿਹੇ ਹੋਰ ਮੈਸ਼ ਕੀਤੇ ਹੋਏ ਆਲੂ, ਅਤੇ ਟੋਸਟ ਬਣਾਉਣੇ ਨੇ ਅਸੀਂ ਦੇਸੀ, ਅਤੇ ਮਿਰਚਾਂ ਢੇਰ ਸਾਰੀਆਂ, ਔਰ ਧਨੀਆਂ, ਧਨੀਆ ਅੱਜ ਕੱਲ੍ਹ ਥੋੜ੍ਹਾ ਮਿਲ ਰਿਹਾ ਪਰ ਚਲੋ ਜਿੰਨਾ ਮਿਲਦਾ ਪਾ ਲੈਂਦੇ ਹਾਂ, ਪਰ ਇਹ ਵਧੀਆ ਲੱਗਦਾ ਇਹਦੇ ਵਿੱਚ ਬਹੁਤ ਜ਼ਿਆਦਾ। ਇਹਦੇ ਨਮਕ ਮਿਰਚ ਪਾ ਕੇ, ਲਓ ਜੀ ਇਹ ਨਮਕ ਮਿਰਚ ਵੀ ਨਾਲ ਹੀ ਪਾ ਦਿਆ, ਇੱਕੋ ਵਾਰੀ ਮਿਕਸਿੰਗ ਦਿਖਾ ਦਿਆ। ਕਾਲੀ ਮਿਰਚ ਪਾਉਂਦੇ ਹਾਂ, ਕਾਲੀ ਮਿਰਚ ਨਾਲ ਨਾ ਆਲੂ ਕੋਈ ਵੀ ਹੋਣ ਉਹ ਉੱਠਦੇ ਨੇ ਕਹਿੰਦੇ ਹੁੰਦੇ ਸੀ ਮੰਮੀ, ਮੈਨੂੰ ਨਹੀਂ ਪਤਾ। ਅਤੇ ਨਮਕ ਸਵਾਦ ਅਨੁਸਾਰ, ਅਤੇ ਥੋੜ੍ਹਾ ਜਿਹਾ ਅਮਚੂਰ ਪਾਊਡਰ, ਜ਼ਰਾ ਕੁ ਜੀਰਾ ਪਾਊਡਰ, ਜ਼ਰਾ ਗਰਮ ਮਸਾਲਾ, ਅਤੇ ਆਂਟੀ ਛੱਡਿਆ ਕੀ ਹੈ ਲਾਲ ਮਿਰਚ ਪਾਤੀ, ਉਹ ਵੀ ਜ਼ਰਾ ਪਾਤੀ। ਇਹ ਦੁਨੀਆ ਦਾ ਸਭ ਤੋਂ ਸੌਖਾ ਅਤੇ ਸਵਾਦ, ਅੱਜ ਵਾਈਟ ਬ੍ਰੈਡ ਲਿਆਉਂਦੀ ਹੈ, ਅੱਜ ਸਾਰਾ ਕੁਝ ਮੈਂ ਉਹ ਕਰਨਾ ਜਿਹੜਾ ਨਾ ਪੰਜ ਦਿਨ ਜੇ ਵਾਈਟ ਬ੍ਰੈਡ ਖਾਧੇ ਤਾਂ ਬੜੀ ਟਾਈਮ ਹੀ ਹੋ ਜਾਂਦਾ। ਅਤੇ ਜਿਹੜਾ ਮੈਂ ਬਚਪਨ ਦੇ ਵਿੱਚ, ਕੋਈ ਆਉਂਦੀ ਨਹੀਂ ਸੀ ਸਾਡੀ ਐਪ ਦੂਜੀਆਂ ਬ੍ਰੈਡਾਂ ਸ਼ਰੈਡਾਂ, ਆਹ ਹੀ ਬ੍ਰੈਡ ਆਉਂਦੀ ਸੀ, ਇਹਦੇ ਹੀ ਮੰਮੀ ਡੈਡੀ ਸਾਨੂੰ ਇੰਨੇ ਵਧੀਆ ਟੋਸਟ ਬਣਾ ਕੇ ਖਵਾਉਂਦੇ ਸੀਗੇ। ਅਤੇ ਅੱਜ ਕੱਲ੍ਹ ਪਤਾ ਨਹੀਂ ਕੀ ਆ ਗਿਆ, ਇਹ ਵਾਈਟ ਆ ਗਈ, ਇਹ ਗਰਾਊਨ ਆ ਗਈ, ਇਹ ਡਿਲੀਸ਼ੀਅਸ ਆ ਗਈ, ਇਹ ਜੀ ਮਲਟੀਗ੍ਰੇਨ ਆ ਗਈ, ਆ ਗਈਆਂ ਸਾਨੂੰ ਤਾਂ। ਜੋ ਬਚਪਨ 'ਚ ਖਾਇਆ ਨਾ ਉਹ ਖਾਓ ਅਤੇ ਹੈਲਦੀ ਰਹੋ, ਲਓ ਫੜੋ ਫਿਰ ਉਹਨੂੰ ਅਸੀਂ ਲਾ ਤਾ, ਜੇ ਜਿੰਨਾ ਮਰਜ਼ੀ ਚਾਹੇ ਲਾ ਲਓ, ਅਤੇ ਘੀ ਵਾਲਾ ਪਾਸਾ ਬਾਹਰ। ਅਤੇ ਲਓ ਜੀ ਇਹਨੂੰ ਨਾ, ਇਹਨੂੰ ਵੀ ਆਪਾਂ ਓਇਲਿੰਗ ਕਰ ਲੈਣੀ ਹੈ ਫੜ ਕੇ ਨਾ, ਅਤੇ ਦੋਨੋਂ ਪਾਸੇ ਬ੍ਰਸ਼ ਮਾਰ ਲੈਂਦੇ, ਇੱਕ ਵੈਸੇ ਚਿਪਕਦਾ ਤਾਂ ਹੈ ਨਹੀਂ, ਇਹ ਨੋਨ ਸਟਿੱਕ ਹੈ। ਅਤੇ ਇਹ ਲਓ ਜੀ ਹੁਣ ਇਹਨੂੰ ਬੰਦ ਕਰਕੇ ਗੈਸ ਦੇ ਉੱਪਰ, ਗੈਸ ਦੇ ਉੱਤੇ ਇਹਨੂੰ ਦੋਨੋਂ ਪਾਸੇ ਸੇਕ ਕੇ ਨਿਕਾਲ ਲਾਂਗੇ ਬਾਹਰ, ਹੋ ਗਿਆ ਜੇ ਤਿਆਰ। ਦੇਖੋ ਜੀ ਜਦੋਂ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, ਜਿਸ ਜ਼ਮਾਨੇ ਦੀ, ਉਹ ਪਤਾ ਕੀ ਸੀਗਾ, ਉਦੋਂ ਅਸੀਂ ਸਟੋਵ 'ਤੇ ਬਣਾਉਂਦੇ ਹੁੰਦੇ ਸੀਗੇ, ਸਟੋਵ ਆਏ ਸੀਗੇ, ਸਟੋਵ ਹੁੰਦੇ ਸੀ, ਉਹਨਾਂ 'ਤੇ ਅਸੀਂ ਬਣਾਉਂਦੇ ਸੀ ਜੀ। ਦੇਖੋ ਇਹ ਸੰਨ 65 ਤੋਂ 70 ਦੇ ਵਿੱਚ ਜਦੋਂ ਸਟੋਵ ਹੁੰਦੇ ਸੀ ਉਦੋਂ, ਉਸ ਜ਼ਮਾਨੇ ਦਾ, ਅਤੇ ਇਸ ਤੋਂ ਸਵਾਦ ਮੈਨੂੰ ਕੁਛ ਨਹੀਂ ਸੀ ਲੱਗਦਾ ਹੁੰਦਾ। ਲਓ ਚਲੋ ਹੁਣ ਇਹਨੂੰ ਲੈ ਕੇ ਅੰਦਰ, ਸੰਨ 65 ਅਤੇ 70 ਦੇ ਵਿੱਚ ਸਟੋਵ ਦੇ ਉੱਤੇ, ਦੇਖੋ ਜੀ ਕਿੰਨੇ ਉਹ ਵਾਲੇ ਬ੍ਰੈਡ
ਟੋਸਟ ਜਿਹਨਾਂ ਦੇ ਵਿੱਚ ਕੁਝ ਨਹੀਂ ਸੀ ਪੈਂਦਾ, ਚੀਜ਼ ਨਹੀਂ, ਸਬਜ਼ੀ ਨਹੀਂ, ਲੈਣੀ ਨਹੀਂ ਦੇਣੀ, ਆਲੂ ਵੱਲ ਅਤੇ ਖਾ ਲਏ ਅਤੇ ਆਲੂ ਅਤੇ ਮੈਂ ਅੱਜ ਪਨੀਰ ਵੀ ਪਾਤਾ। ਇਹ ਸਾਰਾ ਕੁਝ ਮੈਂ ਇਸ ਕਰਕੇ ਕੀਤਾ ਕਿ ਆਈ ਵਾਂਟ ਟੂ ਬੀ ਹੈਲਦੀ। ਹੈਲਦੀ ਹੁਣ ਕੁਛ ਪੁੱਛੋ ਵੀ ਤੂੰ ਵਾਈਟ ਬ੍ਰੈਡ ਨਾਲ ਹੈਲਦੀ ਹੋ ਜਾਏਗੀ, ਨਹੀਂ ਨਹੀਂ ਵਾਈਟ ਬ੍ਰੈਡ ਨਾਲ ਮੈਂ ਹੈਲਦੀ ਨਹੀਂ ਹੋਵਾਂਗੀ, ਪਰ ਵਾਈਟ ਬ੍ਰੈਡ ਉਦੋਂ ਖਾਂਦੇ ਸੀ ਉਦੋਂ ਨਾ ਬਰਾਊਨ ਹੁੰਦੀ ਸੀ ਨਾ ਆਟੇ ਵਾਲੀ, ਇੱਕੋ ਬ੍ਰੈਡ ਹੁੰਦੀ, ਇੱਕੋ ਬ੍ਰੈਡ ਹੁੰਦੀ ਸੀ। ਅਤੇ ਮੈਂ ਅੱਜ ਵਾਈਟ ਸਪੈਸ਼ਲ ਮੰਗਾਈ ਕਿਉਂਕਿ ਮੈਂ ਸੰਨ 65-70 ਨੂੰ ਯਾਦ ਕੀਤਾ, ਅਤੇ ਜਦੋਂ ਮੇਰੀ ਮਾਂ ਅਤੇ ਮੇਰੇ ਪਿਓ ਬਣਾ ਕੇ ਸਾਨੂੰ ਸਟੋਵ ਦੇ ਉੱਤੇ ਜਾਂ ਈਵਨ ਚੁੱਲ੍ਹੇ ਦੇ ਉੱਤੇ ਬਣਾ ਕੇ ਖਵਾਉਂਦੇ ਸੀ, ਨਵੇਂ ਨਵੇਂ ਆਏ ਸੀ ਇਹ ਆ ਜਿਹੜੇ ਟੋਸਟਰ ਨੇ, ਅਤੇ ਉਹਦੇ ਇਲਾਵਾ ਮੈਂ ਪਤਾ ਕੀ ਬਣਾਇਆ ਜੀ, ਮੈਂ ਹੀ ਬੋਲੀ ਜਾਵਾਂ, ਬੋਲੋ ਤੂੰ ਬੋਲਣਾ ਵੀ ਤੇਰੇ ਹਟੇ ਨਾ ਨਾ ਮਾਈਕ ਮਾਰ ਜਦੋਂ ਬੰਦ ਹੀ ਨਹੀਂ ਕਰਦੀ, ਮੈਂ ਤੈਨੂੰ ਟੇਸਟ ਕਰਕੇ ਦਿਖਾਉਂਦਾ, ਟੇਸਟ ਕਰੋ ਨਾਲ ਆ ਵੀ ਲਓ ਨਾ ਆਏ ਰੱਬਾ, ਇੱਕ ਤਾਂ ਬਾਹਾਂ ਐਡੀਆਂ ਫੈਲੀਆਂ ਹੋਈਆਂ, ਇੰਨੇ ਸਵਾਦ ਆ ਲੋ ਸਵਾਦ ਦੀ ਲੋੜ ਹੀ ਨਹੀਂ, ਹਾਏ ਮੈਂ ਮਰ ਜਾਣੀ। ਤੇ ਗੱਲ ਇਹ ਹੋ ਗਈ ਵੀ ਮੈਂ ਨਾ ਆ ਬਣਾਇਆ ਬਨਾਨਾ ਸ਼ੇਕ, ਪੁੱਛੋ ਕਿਉਂ ਬਣਾਇਆ, ਮੈਂ ਲੈ ਲੱਸੀ ਸੁੰਘ ਕੇ ਘੁੱਟ ਭਰ ਲਿਆ, ਹਾਏ ਹਾਏ ਹਾਏ, ਪਰ ਮਿੱਠਾ ਨਹੀਂ ਪਾਇਆ। ਤੇ ਮੈਂ ਇਸ ਪਿੱਛੇ ਬਣਾਇਆ, ਵਾਹ ਬਨਾਨਾ ਸ਼ੇਕ, ਇਸ ਪਿੱਛੇ ਬਣਾਇਆ ਵੀ ਮੈਂ ਭਾਈ ਮੈਂ ਜਿਹੜੀ 4 ਦਿਨ ਦੀ ਕਮਜ਼ੋਰੀ ਆ ਗਈ ਹੈ, ਤੇ ਨਾਲੇ ਮੈਂ ਸਵੇਰ ਦੀ ਲੱਗੀ ਹੋਈ ਹਾਂ, ਤੁਹਾਨੂੰ ਪਤਾ ਉੱਠ ਕੇ ਕਦੀ ਪੌੜੀਆਂ ਲੱਸੀ ਬਹੁਤ ਪਈ ਹੈ, ਪਰ ਜੋ ਕਹਿੰਦੇ ਨੇ ਇੰਜ ਕਰਕੇ ਚਟਨੀ ਖਾਣ ਦਾ ਸਵਾਦ ਆਉਂਦਾ ਨਾ, ਉਹ ਕਿਸੇ ਹੋਰ ਤਰੀਕੇ ਨਾਲ ਆਉਂਦਾ ਨਹੀਂ। ਚਲੋ ਅੱਜ ਕੱਲ੍ਹ ਫੈਸ਼ਨ ਹੋ ਗਿਆ, ਲੋਕ ਬੜੇ ਸਫਿਸਟੀਕੇਟਿਡ ਹੋ ਗਏ ਨੇ, ਯੇ ਨਹੀਂ ਕਰਨਾ ਵੋ ਨਹੀਂ ਕਰਨਾ, ਪੁਰਾਣੇ ਦਿਨ ਯਾਦ ਕਰਾ ਦੇ ਨਾ, ਹਮਨੇ ਤੋ ਚੱਕ ਮਾਰ ਕੇ ਖਾਣਾ ਹੈ, ਮੈਂ ਕਿਹਾ ਪੁਰਾਣੇ ਦਿਨ ਯਾਦ ਕਰਾ ਦੇ, 21 ਹੈਕਟਰ ਆਏ 21 ਵਾਰ ਜਿਹਨੂੰ ਜਾਂਦੀ ਮੰਮਾ 21 ਵਾਲੇ, ਮੈਂ ਕਿਹਾ ਅਸੀਂ 21 ਤੋਂ ਪਹਿਲਾਂ ਨਹੀਂ ਖਾਂਦੇ ਸੀ ਘਰ, ਕਿਸ ਹੈਕਟਰ 'ਚ ਰਹਿੰਦੇ ਜੀ ਆਪਾਂ, 269 ਨੰਬਰ ਸਟੋਵ 'ਤੇ ਬਣਾ ਬਣਾ, ਸਟੋਵ 'ਤੇ ਉੱਥੇ ਬਣਾ ਜੀ, ਦੋ ਜੀ ਪਹਿਲੀ ਵਾਰੀ ਜਦੋਂ ਮਿਲੇ ਸੀ ਆਪਾਂ ਸਟੋਵ 'ਤੇ ਹੀ ਬਣਾ ਕੇ ਖਵਾਈ ਜੀ ਮੈਨੂੰ ਰੋਟੀ, 4 ਰੋਟੀ। ਸੋ ਅੱਜ ਸਾਡਾ ਬਹੁਤ ਹੀ ਹੈਲਦੀ ਵਧੀਆ ਨਾਸ਼ਤਾ ਬਣ ਕੇ ਹੋਇਆ ਤਿਆਰ। ਜਿਹਨੂੰ ਬੱਚੇ ਤੁਹਾਡੇ ਵੀ ਫਰੂਟ ਲੱਗਿਆ ਪਿਆ ਸੀ, ਆ ਜਾਓ ਉੱਚੀ ਬੋਲਿਆ ਕਰ, ਮਾਂ ਨੇ ਕੁਛ ਖਵਾਇਆ ਕੋਈ ਨੀ ਤੈਨੂੰ ਤਾਂ, ਵੀ ਜਿਹੜਾ ਉੱਚੀ ਬੋਲ ਸਕੇ, ਹਾਂ ਬੋਲ ਉੱਚੀ, ਰੋਟੀ ਓਕੇ, ਸ਼ਾਮ ਨੂੰ ਕੋਈ ਵੀ ਅਲੱਗ ਅਲੱਗ ਓਕੇ, ਤੁਸੀਂ ਵੀ ਕਿਸੇ ਵੀ ਟਾਈਮ ਬਣਾ ਸਕਦੇ ਹੋ, ਖਾ ਸਕਦੇ ਹੋ ਇਹ ਵਾਲਾ ਨਾਸ਼ਤਾ, ਜੇ ਚੰਗਾ ਲੱਗੇ ਸ਼ੇਅਰ ਵੀ ਕਰ ਸਕਦੇ, ਉਹ ਅੰਕਲ ਦਾ ਕਹਿਣਾ।